ਗੁੱਡ ਈਵਨਿੰਗ ਐਵਰੀਬਡੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਚੈਨਲ ਐਰੀਓਡੀਸ਼ਨ ਸਟੱਡੀਜ਼ 'ਤੇ। ਤੁਸੀਂ ਸੋਚੋਗੇ ਜੀ ਅੱਜ ਮੈਮ ਇੰਨਾ ਉੱਚੀ ਕਿਉਂ ਬੋਲ ਰਹੇ ਨੇ, ਤਾਂ ਤੁਹਾਨੂੰ ਪਿੱਛੇ ਆਵਾਜ਼ਾਂ ਆ ਰਹੀਆਂ ਹੋਣਗੀਆਂ। ਮੈਂ ਇਹਦੇ ਵਿੱਚ ਕੁਛ ਨਹੀਂ ਕਰ ਪਾਊਂਗੀ ਬਿਕਾਜ਼ ਕੰਮ ਚੱਲ ਰਿਹਾ, ਇਸ ਕਰਕੇ ਅੱਜ ਥੋੜ੍ਹੀ ਜਿਹੀ ਆਵਾਜ਼ ਜ਼ਿਆਦਾ ਆਊਗੀ ਪਰ ਕੁਛ ਟਾਈਮ ਦੇ ਲਈ, ਠੀਕ ਹੈ। ਹੁਣ ਪਤਾ ਨਹੀਂ ਆਪਣੀ ਕਲਾਸ ਚਲਦੇ ਚਲਦੇ ਇਹ ਵਾਲੀ ਆਵਾਜ਼ ਬੰਦ ਹੋਊਗੀ ਜਾਂ ਨਹੀਂ ਹੋਊਗੀ, ਇਸ ਕਰਕੇ ਮੈਂ ਅੱਜ ਪਹਿਲਾਂ ਤਾਂ ਇਹ ਡਿਸਾਈਡ ਕੀਤਾ ਕਲਾਸ ਹੀ ਨਹੀਂ ਲੈਂਦੇ। ਫਿਰ ਮੈਨੂੰ ਲੱਗਿਆ ਕਿ ਨਹੀਂ ਕਲਾਸ ਲੈ ਲੈਂਦੇ ਹਾਂ, ਥੋੜ੍ਹਾ ਉੱਚੀ ਬੋਲ ਲਾਂਗੇ, ਠੀਕ ਹੈ। ਤਾਂ ਵਿੱਚ ਵਿੱਚ ਦੀ ਇਹ ਵਾਲੀ ਆਵਾਜ਼ ਬੰਦ ਵੀ ਹੋਏਗੀ, ਡੋਨਟ ਵਰੀ, ਓਕੇ। ਸੋ ਅੱਜ ਕਹਿਣਾ ਨਹੀਂ ਕਿ ਮੈਮ ਆਵਾਜ਼ ਬਹੁਤ ਆ ਰਹੀ ਹੈ, ਬਿਕਾਜ਼ ਯੈਸ ਆਈ ਨੋ ਦੈਟ ਕਿ ਅੱਜ ਆਵਾਜ਼ ਆਊਗੀ, ਓਕੇ। ਰੋਮਨ ਜੀ ਆਈ ਐਮ ਡੂਇੰਗ ਵੈਰੀ ਗੁੱਡ, ਤੁਸੀਂ ਕਿੱਦਾਂ ਹੋ? ਤਾਂ ਮੈਂ ਮਾਈਕ ਨੂੰ ਬਿਲਕੁਲ ਆਪਣੇ ਨਜ਼ਦੀਕ ਰੱਖਿਆ ਹੋਇਆ ਆ। ਐਗਜੈਕਟਲੀ ਇਹ ਆਊਗੀ ਜੀ, ਐਕਚੁਲੀ ਕਿਉਂਕਿ ਕਾਰਪੈਂਟਰਸ ਦਾ ਜਿਹੜਾ ਕੰਮ ਆ ਕਰੀਬਨ ਤੁਸੀਂ ਲਗਾ ਕੇ ਚੱਲੋ ਹਾਲੇ 20 ਡੇਜ਼ ਦਾ ਹੋਰ ਪਿਆ ਹੋਇਆ, ਓਕੇ। ਸੋ ਇਹ ਵਾਲੀਆਂ ਆਵਾਜ਼ਾਂ ਕਿਤੇ ਕਿਤੇ ਪਰੇਸ਼ਾਨ ਕਰ ਸਕਦੀਆਂ ਨੇ, ਪਰ ਮੈਨੂੰ ਪਤਾ ਹੈ ਕਿ ਤੁਸੀਂ ਕੋਪਰੇਟ ਕਰ ਲਓਗੇ। ਅਦਰਵਾਈਜ਼ ਫਿਰ ਲਾਈਕ ਮੈਨੂੰ ਲੱਗਦਾ ਕਿ 20 ਡੇਜ਼ ਦੇ ਲਈ ਕਲਾਸ ਨੂੰ ਔਫ ਕਰਨਾ ਕੋਈ ਤੁੱਕ ਨਹੀਂ ਬਣਦਾ, ਇਸ ਕਰਕੇ, ਠੀਕ ਹੈ। ਵਿੱਚੋਂ ਵਿੱਚੋਂ ਆਉਣਗੀਆਂ ਬਟ ਡੋਨਟ ਵਰੀ, ਮੈਂ ਥੋੜ੍ਹਾ ਉੱਚੀ ਬੋਲੂੰਗੀ ਉਸ ਟਾਈਮ 'ਤੇ। ਆਲਰਾਈਟ, ਚਲੋ ਠੀਕ ਹੈ ਜੀ। ਤਾਂ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਸਟੱਡੀ ਚੈਨਲ ਐਰੀਓਡੀਸ਼ਨ ਸਟੱਡੀਜ਼ 'ਤੇ, ਜਿੱਥੇ ਅਸੀਂ ਕਰਦੇ ਹਾਂ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ, ਸਪੈਸੀਫਿਕਲੀ ਹਿਸਟਰੀ ਦਾ ਸਿਲੇਬਸ, ਪੋਲੀਟੀਕਲ ਸਾਇੰਸ ਦਾ ਸਿਲੇਬਸ ਔਰ ਉਸਦੇ ਨਾਲ ਨਾਲ ਪੰਜਾਬੀ ਦਾ ਸਿਲੇਬਸ, ਠੀਕ ਹੈ ਜੀ। ਤਾਂ ਅਗਰ ਤੁਸੀਂ ਇਹਨਾਂ ਦੀ ਗੱਲ ਕਰੋਗੇ ਜਿਹੜਾ ਤੁਹਾਨੂੰ ਲੈਵਲ ਇਸ ਚੈਨਲ ਦੇ ਉੱਪਰ ਜਾਂ ਫਿਰ ਸਾਡੀਆਂ ਪੇਡ ਕਲਾਸਿਸ ਦੇ ਵਿੱਚ ਮਿਲੂਗਾ, ਉਹ ਵਾਲਾ ਲੈਵਲ ਤੁਹਾਨੂੰ PCS ਤੱਕ ਦੇ ਵਿੱਚ ਹੈਲਪ ਕਰੂਗਾ, ਓਕੇ। ਐਂਡ ਅਗਰ ਤੁਸੀਂ ਪੰਜਾਬੀ ਦੀ ਗੱਲ ਕਰੋਗੇ ਤਾਂ UGC ਲੈਵਲ ਤੱਕ ਤੁਹਾਡੇ ਕੋਲੋਂ ਸਾਡੀਆਂ ਕਲਾਸਿਸ ਆ ਸਕਦੀਆਂ ਨੇ। ਆਲਰਾਈਟ, ਓਕੇ ਜੀ। ਐਕਚੁਲੀ ਪੂਰੇ ਘਰ ਦਾ ਹੀ ਵੁੱਡਵਰਕ ਹੋ ਰਿਹਾ, ਠੀਕ ਹੈ, ਬਿਕਾਜ਼ ਆਈ ਹੈਵ ਜਸਟ ਸ਼ਿਫਟਡ ਟੂ ਮਾਈ ਨਿਊ ਰੂਮ, ਸੋ ਉੱਥੇ ਫਿਰ ਸਾਰਾ ਹੀ ਕੰਮ ਹੋਣ ਵਾਲਾ ਹੈ। ਸੋ ਓਕੇ, ਚਲੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਵਿਦਿਆਰਥੀ ਨੂੰ ਪੰਜਾਬੀ ਦਾ, ਹਿਸਟਰੀ ਦਾ, ਪੋਲੀਟੀਕਲ ਸਾਇੰਸ ਦਾ ਕੋਈ ਵੀ ਥਿਊਰੀ ਬੈਚ ਚਾਹੀਦਾ, ਤਾਂ ਉਸਦੇ ਲਈ ਉਹ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਨੇ ਜੀ, 6280492562, ਠੀਕ ਹੈ। ਔਰ ਯੂਟਿਊਬ ਦੇ ਉੱਪਰ ਅਗਰ ਤੁਸੀਂ ਜਿਹੜੀਆਂ ਸਾਡੀਆਂ ਕਲਾਸਿਸ ਲੈਂਦੀਆਂ ਉਹਨਾਂ ਦੀ ਡਿਟੇਲ ਲੈਣੀ ਹੈ, ਤਾਂ ਉਸਦੇ ਲਈ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਹੈਪੀ ਬਰਥਡੇ ਰੋਮਨ ਜੀ, ਮੈਨੀ ਮੈਨੀ ਹੈਪੀ ਰਿਟਰਨਸ ਆਫ ਦਾ ਡੇ, ਮੇ ਗੋਡ ਫੁਲਫਿਲ ਆਲ ਆਫ ਯੋਰ ਡ੍ਰੀਮਸ, ਗੋਡ ਬਲੈਸ ਯੂ ਜੀ। ਮਨਜੀਤ ਜੀ, ਮੈਂ ਕਿੱਦਾਂ ਬੰਦ ਕਰਾਂ, ਇਹ ਵੁੱਡ ਵਰਕਰਸ ਲੱਗੇ ਹੋਏ ਨੇ, ਮੈਂ ਅੱਜ ਸਟਾਰਟ ਕਰਦਿਆਂ ਹੀ ਪਹਿਲਾਂ ਹੀ ਬੋਲ ਦਿੱਤਾ ਕਿ ਨਹੀਂ ਚਾਰਜ ਨਹੀਂ ਲਗਾਇਆ ਗਿਆ, ਨੀਚੇ ਵੁੱਡ ਵਰਕਰਸ ਲੱਗੇ ਹੋਏ ਨੇ, ਉਹਨਾਂ ਦਾ ਕੰਮ ਚੱਲ ਰਿਹਾ, ਜਦੋਂ ਜਦੋਂ ਉਹਨਾਂ ਦੀ ਮਸ਼ੀਨ ਚੱਲੇਗੀ ਉਦੋਂ ਉਦੋਂ ਆਵਾਜ਼ ਆਏਗੀ, ਵਿੱਚੋਂ ਦੀ ਬੰਦ ਹੋ ਜੂਗੀ, ਠੀਕ ਹੈ ਜੀ। ਓਕੇ ਚਲੋ, ਉਹ ਜੀ ਹੋ ਜੂਗੀ ਬੰਦ। ਐਕਚੁਲੀ ਬੱਚਾ ਇਹ ਕੰਮ ਹਾਲੇ 20 ਦਿਨ ਹੋਰ ਚੱਲਣਾ ਆ, ਸੋ ਮੈਂ ਨਹੀਂ ਚਾਹੁੰਦੀ ਕਿ ਆਪਾਂ ਇੰਨੇ ਦਿਨ ਆਪਣੀ ਕਲਾਸ ਹੀ ਬੰਦ ਕਰ ਦਈਏ, ਇਸ ਕਰਕੇ ਪਲੀਜ਼ ਤੁਸੀਂ ਥੋੜ੍ਹਾ ਜਿਹਾ ਕੋਪਰੇਟ ਕਰੋ, ਛੱਡ ਦਿਓ ਜੋ ਚੱਲ ਰਿਹਾ ਚੱਲਣ ਦਿਓ, ਓਕੇ, ਬਿਕੋਜ਼ ਉਹਦੇ 'ਚ ਮੈਂ ਹੈਲਪ ਹੀ ਨਹੀਂ ਕਰ ਪਾਊਂਗੀ, ਫੈਨ ਹੁੰਦਾ ਤਾਂ ਮੈਂ ਬੰਦ ਕਰ ਦਿੰਦੀ, ਹੈ ਨਾ। ਥੈਂਕ ਯੂ ਸੋ ਵੈਰੀ ਮੱਚ। ਓ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਨੂੰ।
ਇਹਨਾਂ ਦਿਨਾਂ ਦੇ ਵਿੱਚ ਅਸੀਂ ਕਿਹੜਾ ਟੌਪਿਕ ਸਟਾਰਟ ਕੀਤਾ ਹੋਇਆ ਆ? ਅਸੀਂ ਕਰ ਰਹੇ ਹਾਂ ਜੀ ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ, ਜਿਸ ਦੇ ਅੰਡਰ ਸਾਡਾ ਸਭ ਟੌਪਿਕ ਚੱਲ ਰਿਹਾ ਆ ਪੰਜਾਬੀ ਨਾਟਕ ਦਾ ਇਤਿਹਾਸ, ਯਾਨੀ ਕਿੱਦਾਂ ਸਟਾਰਟ ਹੋਇਆ ਅਤੇ ਇਹਦੇ 'ਚ ਕਿਹੜੀਆਂ ਕਿਹੜੀਆਂ ਪ੍ਰਵਿਰਤੀਆਂ ਆਈਆਂ। ਅਸੀਂ ਵੈਸੇ ਇਹਦੇ ਨਿਕਾਸ ਅਤੇ ਵਿਕਾਸ ਬਾਰੇ ਆਲਰੇਡੀ ਗੱਲ ਕਰ ਲਈ ਸੀਗੀ, ਅਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਜੋ ਕਰਨਾ ਉਹ ਕੀ ਹੈ ਜੀ? ਉਹ ਹੈਗੀਆਂ ਨਾਟ ਪ੍ਰਵਿਰਤੀਆਂ, ਠੀਕ ਹੈ? ਅਤੇ ਅੱਜ ਸਾਡਾ ਨਾ ਨਾਟਕ ਦਾ ਲਾਸਟ ਡੇ ਰਹੂਗਾ। ਅਤੇ ਤੁਹਾਨੂੰ ਪਤਾ ਹੈ ਜਦੋਂ ਵੀ ਆਪਾਂ ਕੋਈ ਵੀ ਸਭ ਟੌਪਿਕ ਖਤਮ ਕਰਦੇ ਹਾਂ ਤਾਂ ਉਸ ਤੋਂ ਅਗਲੇ ਦਿਨ ਅਸੀਂ ਉਸ ਪਰਟੀਕੁਲਰ ਟੌਪਿਕ ਦਾ ਟੈਸਟ ਕਰਦੇ ਹਾਂ, ਠੀਕ ਹੈ? ਜਿਸ ਦੇ ਵਿੱਚ 15 ਦੇ ਜਿਹੜੇ ਕਰੀਬ ਕੁਐਸਚਨ ਨੇ ਉਹ ਤੁਹਾਡੇ ਕੋਲੋਂ ਪੁੱਛੇ ਜਾਂਦੇ ਹੈ। ਉਦੋਂ ਅਸੀਂ ਡਿਟੇਲ ਨਹੀਂ ਕਰਦੇ, ਅਦਰਵਾਈਜ਼ ਅਸੀਂ ਡੇਲੀ MCQ ਦੇ ਨਾਲ ਹਰ ਕੁਐਸਚਨ ਦੇ ਨਾਲ ਡਿਟੇਲ ਡਿਸਕਸ ਕਰ ਲਈਦੀ ਹੈ, ਥਿਅਰੀ ਕਰ ਲਈਦੀ ਹੈ, ਹੈ ਨਾ? ਪਰ ਜਦੋਂ ਅਸੀਂ ਟੈਸਟ ਕਰਦੇ ਹਾਂ ਤਾਂ ਉਦੋਂ ਅਸੀਂ ਡਾਇਰੈਕਟ ਕੁਐਸਚਨ ਆਨਸਰਸ ਨੂੰ ਕਰਦੇ ਹਾਂ, ਓਕੇ? ਸੋ ਅਗਰ ਤੁਸੀਂ ਕੱਲ੍ਹ ਦੀ ਗੱਲ ਕਰੋਗੇ ਤਾਂ ਕੱਲ੍ਹ ਆਪਣਾ ਟੈਸਟ ਹੋਊਗਾ ਨਾਟਕਾਂ ਵਾਲਾ, ਤਾਂ ਉਸ ਮੌਕ ਟੈਸਟ ਨੂੰ ਜ਼ਰੂਰ ਤੁਸੀਂ ਜੁਆਇਨ ਕਰ ਲੈਣਾ ਆ। ਆਲਰਾਈਟ, ਠੀਕ ਹੈ ਜੀ। ਅਤੇ ਦੂਸਰੀ ਗੱਲ, ਫਿਰ ਆਪਾਂ ਪਰਸੋਂ ਤੋਂ ਸਾਡਾ ਯਾਨੀ ਕਿ ਨੈਕਸਟ ਜਿਹੜਾ ਟੌਪਿਕ ਆ ਉਹ ਸਟਾਰਟ ਹੋ ਜੂਗਾ, ਓਕੇ? ਹਾਂਜੀ। ਅਤੇ ਸਾਡਾ ਇੱਕ ਬੈਚ ਜਸਟ 1 April ਤੋਂ ਸਟਾਰਟ ਹੋਇਆ। ਇੱਕ ਤਾਂ ਮਾਸਟਰ ਕੇਡਰ ਵਾਲਾ ਵੀ ਹੈ ਅਤੇ ਇੱਕ ਪੰਜਾਬੀ ਪ੍ਰੋ ਵਾਲਾ ਬੈਚ ਵੀ ਹੈ। ਅਗਰ ਤੁਸੀਂ ਪ੍ਰੋ ਵਾਲਾ ਬੈਚ ਲੈਂਦੇ ਹੋ ਤਾਂ ਉਸਦੇ ਨਾਲ ਤੁਹਾਨੂੰ ਮਾਸਟਰ ਕੇਡਰ ਦਾ ਜਿਹੜਾ ਬੈਚ ਹੈ DSSB TGT ਵਾਲਾ ਉਹ ਤੁਹਾਨੂੰ ਬਿਲਕੁਲ ਫ੍ਰੀ 'ਚ ਮਿਲਦਾ। ਸਮਝ ਗਏ ਜੀ? ਚਲੋ ਸ਼ੁਰੂ ਕਰਦੇ ਹਾਂ ਫਿਰ ਸਾਡੇ ਪਹਿਲੇ ਕੁਐਸਚਨ ਨੂੰ। ਤਾਂ ਇਹਦੇ ਵਿੱਚ ਹੋ ਸਕਦਾ ਹੈ ਕਿ ਇਹ ਵਾਲੇ ਨਾਟਕ ਦਾ ਤੁਸੀਂ ਪਹਿਲਾਂ ਵੀ ਨਾਮ ਸੁਣਿਆ ਹੋਏ, ਪਰ ਜਦੋਂ ਆਪਾਂ ਪ੍ਰਵਿਰਤੀਆਂ ਕਰਦੇ ਹਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਬੱਚਾ ਕਿ ਦੁਨੀਆਂ ਦੇ ਵਿੱਚ ਕਿਸੇ ਵੀ ਭਾਸ਼ਾ ਦੇ ਵਿੱਚ ਕੋਈ ਵੀ ਰਾਈਟਰ ਇੱਦਾਂ ਦਾ ਨਹੀਂ ਹੈ ਜਿਹੜਾ ਇੱਕੋ ਹੀ ਪ੍ਰਵਿਰਤੀ ਦੇ ਅਧੀਨ ਲਿਖਦਾ ਹੋਵੇ, ਠੀਕ ਹੈ? ਇੱਕੋ ਹੀ ਰਾਈਟਰ ਦਾ ਕੋਈ ਨਾਟਕ ਹੋ ਸਕਦਾ ਹੈ ਪ੍ਰਗਤੀਵਾਦੀ ਪ੍ਰਵਿਰਤੀ ਦਾ ਹੋਏ, ਕੋਈ ਹੋ ਸਕਦਾ ਆ ਵਿਅੰਗਾਤਮਕ ਹੋਏ, ਕੋਈ ਇਤਿਹਾਸਿਕ ਹੋਏ, ਕੋਈ ਰਾਜਨੀਤਿਕ ਹੋਏ, ਯਾਨੀ ਕਿ ਹਰ ਇੱਕ ਰਾਈਟਰ ਅਲੱਗ ਅਲੱਗ ਪ੍ਰਵਿਰਤੀਆਂ ਦੇ ਨਾਲ ਲਿਖਦਾ ਹੈ। ਓਕੇ ਜੀ, ਰਾਈਟ। ਪ੍ਰੋ ਵਾਲਾ ਬੈਚ ਬੱਚਾ 6500 ਰੁਪਏ ਦਾ ਹੈਗਾ, ਜਿਹਦੇ ਵਿੱਚ ਤੁਹਾਨੂੰ 5000 ਰੁਪਏ ਦਾ ਜਿਹੜਾ ਮਾਸਟਰ ਕੇਡਰ ਵਾਲਾ ਬੈਚ ਹੈ ਉਹ ਫ੍ਰੀ 'ਚ ਮਿਲ ਜਾਂਦਾ। ਸਮਝ ਗਏ ਜੀ? ਓਕੇ, ਪਹਿਲੇ ਦੇ ਲਈ ਤੁਹਾਡਾ ਆਂਸਰ ਕੀ ਆ ਗਿਆ ਜੀ? ABC। ਓਕੇ, ਬਹੁਤ ਸਾਰੇ ਆਂਸਰ ਆ ਗਏ ਨੇ, ਤਾਂ ਦੇਖੀਏ ਫਿਰ ਆਂਸਰ ਕੀ ਹੈ। ਹਾਂਜੀ, ਤਾਂ ਪਹਿਲੇ ਦੇ ਲਈ ਸੁਖਦੀਪ ਜੀ ਤੁਹਾਡਾ ਆਂਸਰ ਬਿਲਕੁਲ ਠੀਕ ਹੈ, ਇਹ ਹੋ ਜਾਣਾ ਜੀ ਉਦਾਸ ਲੋਕ, ਠੀਕ ਹੈ? ਬਿਲਕੁਲ ਠੀਕ ਉੱਤਰ। ਹੁਣ ਇਹ ਵਾਲਾ ਨਾਟਕ ਆਪਾਂ ਅੱਜ ਕਿਉਂ ਪੜ੍ਹਦੇ ਪਏ ਹਾਂ ਤਾਂ ਦੇਖੋ, ਹਰਸ਼ਰਨ ਸਿੰਘ ਨੇ ਜਦੋਂ ਇਹ ਵਾਲਾ ਨਾਟਕ ਲਿਖਿਆ ਸੀ ਇਹਦੇ ਵਿੱਚ ਕਿਹੜੀ ਪ੍ਰਵਿਰਤੀ ਯੂਜ਼ ਕੀਤੀ, ਸਾਡੇ ਲਈ ਇਹ ਜ਼ਿਆਦਾ ਇੰਪੋਰਟੈਂਟ ਹੈ। ਓਕੇ, ਇਹਨਾਂ ਨੇ ਐਬਸਰਡ ਪ੍ਰਵਿਰਤੀ ਦੀ ਵਰਤੋਂ ਕੀਤੀ ਸੀ। ਕੀ ਤੁਸੀਂ ਮੈਨੂੰ ਇੱਕ ਵਾਰੀ ਫਟਾਫਟ ਆਂਸਰ ਕਰੋਗੇ ਕਿ ਆਪਾਂ ਜਿਸ ਦਿਨ ਐਬਸਰਡ ਨਾਟ ਪ੍ਰਵਿਰਤੀ ਕੀਤੀ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਐਬਸਰਡ ਦਾ ਮਤਲਬ ਕੀ ਹੁੰਦਾ? ਹਾਂਜੀ, ਦੱਸਣਾ ਪਲੀਜ਼, ਐਬਸਰਡ ਦਾ ਮਤਲਬ ਕੀ ਹੁੰਦਾ? ਹਾਂਜੀ, ਐਬਸਰਡ ਪ੍ਰਵਿਰਤੀ ਦੇ ਵਿੱਚ ਕਿੱਦਾਂ ਦੇ ਨਾਟਕ ਜਾਂ ਕਿੱਦਾਂ ਦੀਆਂ ਰਚਨਾਵਾਂ ਆਉਂਦੀਆਂ ਨੇ? ਯੈਸ ਪਲੀਜ਼। ਹਾਂ, ਚਲੋ ਇੱਦਾਂ ਕਰੋ, ਤੁਸੀਂ ਇਹਨਾਂ ਆਂਸਰ ਕਰੋ ਕਿਉਂਕਿ ਮੈਨੂੰ 10-15 ਸੈਕਿੰਡ ਬਾਅਦ ਮਿਲਦਾ ਨਾ। ਹਾਂ, ਜਿਹਦੇ ਵਿੱਚ ਊਲ ਜਲੂਲ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀ ਕਿਸੇ ਹੋਰ ਪ੍ਰਵਿਰਤੀ 'ਚ ਸ਼ਾਮਿਲ ਨਹੀਂ ਕੀਤੀਆਂ ਜਾ ਸਕਦੀਆਂ, ਉਹਨਾਂ ਨੂੰ ਆਪਾਂ ਐਬਸਰਡ ਪ੍ਰਵਿਰਤੀ ਦੇ ਵਿੱਚ ਲੈ ਕੇ ਆ ਜਾਂਦੀਆਂ, ਹੈ ਨਾ? ਤਾਂ ਹੁਣ ਇਹ ਹੋ ਗਿਆ ਉਦਾਸ ਲੋਕ, ਜਿਹੜਾ ਹਰਸ਼ਰਨ ਸਿੰਘ ਦਾ ਹੈਗਾ ਐਬਸਰਡ ਪ੍ਰਵਿਰਤੀ ਦੇ ਅਧੀਨ। ਹੁਣ ਬਾਕੀ ਤਿੰਨਾਂ ਆਪਸ਼ਨਸ ਨੂੰ ਡਿਸਕਸ ਕਰਦੇ ਹਾਂ। ਪਹਿਲੇ ਨੰਬਰ 'ਤੇ ਆ ਜਾਂਦੀ ਹੈ ਜੀ ਕਿੰਗ ਮਿਰਜ਼ਾ ਅਤੇ ਸਪੀਰਾ, ਠੀਕ ਹੈ? ਇਹ ਕਿਹਦੀ ਰਚਨਾ ਹੈ? ਇਹ ਹੈਗੀ ਹੈ ਜੀ ਸੁਰਜੀਤ ਸਿੰਘ ਸੇਠੀ ਦੀ ਰਚਨਾ।
ਫਿਰ ਮੂਕ ਸੰਸਾਰ ਇਹ ਰਚਨਾ ਮਿਲੇਗੀ ਜੀ ਕਪੂਰ ਸਿੰਘ ਘੁੰਮਣ ਦੀ। ਤੇ ਕਪੂਰ ਸਿੰਘ ਘੁੰਮਣ ਦੀਆਂ ਕੁਝ ਹੋਰ ਆਪਾਂ ਐਬਸਰਡ ਪ੍ਰਵਿਰਤੀ ਵਾਲੇ ਨਾਟਕ ਦੇਖੀਏ ਤਾਂ ਉਹਦੇ ਵਿੱਚ ਆ ਜਾਣੀ ਹੈ ਜੀ ਪਾਗਲ ਲੋਕ, ਫਿਰ ਆ ਜਾਏਗੀ ਜੀ ਅਤੀਤ ਦੇ ਪਰਛਾਵੇਂ, ਔਰ ਫਿਰ ਆ ਜਾਏਗੀ ਪੁਤਲੀ ਘਰ। ਠੀਕ ਹੈ, ਫਿਰ ਆ ਜਾਂਦੇ ਹਾਂ ਚਾਬੀਆਂ। ਇਹ ਚਾਬੀਆਂ ਜਿਹੜੀ ਰਚਨਾ ਹੈ ਇਹ ਮਿਲੇਗੀ ਤੁਹਾਨੂੰ ਆਤਮਜੀਤ ਦੀ। ਠੀਕ ਹੈ, ਆਤਮਜੀਤ ਦੀਆਂ ਕੁਝ ਹੋਰ ਰਚਨਾਵਾਂ ਦੇ ਨਾਮ ਦੇਖੀਏ ਤਾਂ ਪਹਿਲੀ ਆ ਜਾਂਦੀ ਹੈ ਅੰਨੇ ਕਾਣੇ, ਦੂਸਰੀ ਆ ਜਾਂਦੀ ਹੈ ਮੁਰਗੀ ਖਾਨਾ, ਤੇ ਤੀਸਰੀ ਆ ਜਾਂਦੀ ਹੈ ਪੱਲੂ ਦੀ ਉਡੀਕ। ਓਕੇ, ਤਾਂ ਇਹ ਸਾਰੇ ਦੇ ਸਾਰੇ ਜਿਹੜੇ ਮੈਂ ਨਾਟਕਾਂ ਦੇ ਹੁਣੇ ਹੁਣੇ ਨਾਮ ਲਏ, ਚਾਹੇ ਉਹ ਸੇਠੀ ਦਾ ਹੈ, ਘੁੰਮਣ ਦਾ ਹੈ, ਜਾਂ ਆਤਮਜੀਤ ਦਾ ਹੈ, ਜਾਂ ਹਰਸ਼ਰਨ ਸਿੰਘ ਦਾ, ਇਹ ਸਾਰੇ ਦੇ ਸਾਰੇ ਨਾਟਕ ਇੱਕੋ ਪ੍ਰਵਿਰਤੀ ਦੇ ਅਧੀਨ ਲਿਖੇ ਗਏ ਨੇ, ਯਾਨੀ ਕਿ ਐਬਸਰਡ ਪ੍ਰਵਿਰਤੀ ਦੇ ਅਧੀਨ ਲਿਖੇ ਗਏ। ਓਕੇ, ਅੱਗੇ ਆ ਜਾਓ ਜੀ ਅੱਜ ਦਾ ਦੂਸਰਾ ਪ੍ਰਸ਼ਨ। ਅੰਨੇ ਨਿਸ਼ਾਨਚੀ ਨਾਟਕ ਵਿੱਚ ਕਿਹੜਾ ਵਿਸ਼ਾ ਪੇਸ਼ ਕੀਤਾ ਗਿਆ? ਪੰਜਾਬੀ ਸੱਭਿਆਚਾਰ ਵਿੱਚ ਵਸਦੀਆਂ ਭਿੰਨ ਭਿੰਨ ਸ਼੍ਰੇਣੀਆਂ, 1947 ਦੀ ਵੰਡ ਦੇ ਮਾਰੇ ਦਾ ਪ੍ਰਭਾਵ, ਦੋਨੋਂ, ਜਾਂ ਫਿਰ ਔਰਤਾਂ ਦਾ ਦਰਦ। ਜੀ ਸਤਿ ਸ਼੍ਰੀ ਅਕਾਲ ਗੁਰਕੀਰਤ ਜੀ, ਚਲੋ ਦੂਸਰੇ ਦੇ ਲਈ ਆਂਸਰ ਕਰੋ। ਅੰਨੇ ਨਿਸ਼ਾਨਚੀ ਨਾਟਕ ਇਹਦੇ ਵਿੱਚ ਕੀ ਪੇਸ਼ ਕੀਤਾ ਗਿਆ? ਦੂਸਰੇ ਦੇ ਲਈ ਤੁਸੀਂ ਲਗਾ ਰਹੇ ਹੋ ਜੀ ਬੀ ਉੱਤਰ। ਚਲੋ ਦੇਖੀਏ ਫਿਰ, ਹੈਰਾਨ ਤਾਂ ਵੈਸੇ ਤੁਸੀਂ ਹੋ ਜਾਣਾ, ਬਟ ਯੈਸ ਪਰਮਜੀਤ ਜੀ ਤੁਹਾਡਾ ਆਂਸਰ ਬਿਲਕੁਲ ਠੀਕ ਹੈ, ਹਰਦੀਪ ਜੀ ਵੈਰੀ ਗੁੱਡ। ਇਹਦੇ ਵਿੱਚ ਇਹ ਦੋਨੋਂ ਦੇ ਦੋਨੋਂ ਹੀ ਵਿਸ਼ੇ ਜਿਹੜੇ ਨੇ ਸਾਡੇ ਸਾਹਮਣੇ ਪੇਸ਼ ਕੀਤੇ ਗਏ ਨੇ, ਕਿਉਂਕਿ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿਹੜੀ ਪ੍ਰਵਿਰਤੀ ਦੀ? ਸੱਭਿਆਚਾਰਕ ਪ੍ਰਵਿਰਤੀ ਦੀ। ਠੀਕ ਹੈ, ਕਿਉਂਕਿ ਪੰਜਾਬੀ ਨਾਟਕ ਦੇ ਵਿੱਚ ਨਵੀਨ ਝੁਕਾਵਾਂ ਦੇ ਵਿੱਚ ਸੱਭਿਆਚਾਰਕ ਝੁਕਾਅ ਵੀ ਆਉਣਾ ਆ। ਓਕੇ ਜੀ, ਰਾਈਟ। ਹੁਣ ਇਹਦੇ ਵਿੱਚ ਕੀ ਹੈ, ਸਾਡੇ ਪੰਜਾਬ ਦੇ ਸੱਭਿਆਚਾਰ ਦੇ ਬਾਰੇ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਇਸ ਪ੍ਰਵਿਰਤੀ ਦੇ ਅਧੀਨ ਲਿਖਿਆ ਗਿਆ। ਜੇਕਰ ਪੁੱਛਿਆ ਜਾਏ ਕਿ ਇਹ ਵਾਲੀ ਪ੍ਰਵਿਰਤੀ ਸਭ ਤੋਂ ਜ਼ਿਆਦਾ ਕਦੋਂ ਫੇਮਸ ਹੁੰਦੀ ਹੈ, ਤਾਂ 1980 ਈਸਵੀ ਤੋਂ ਬਾਅਦ ਅਸਲ ਦੇ ਵਿੱਚ ਹੀ ਬਹੁਤ ਜ਼ਿਆਦਾ ਫੇਮਸ ਹੋਏਗੀ। ਤੁਹਾਨੂੰ ਪਤਾ ਹੈ ਕਿ 80 ਤੋਂ ਬਾਅਦ ਉਹੀ ਵਾਲਾ ਟਾਈਮ ਹੈ ਜਦੋਂ ਸਾਡੇ ਇੱਥੇ ਬਲੂ ਸਟਾਰ ਓਪਰੇਸ਼ਨ ਹੋਇਆ ਸੀ, ਹੈ ਨਾ। ਉਸ ਤੋਂ ਬਾਅਦ ਜਿਹੜਾ ਸਾਡਾ ਪੰਜਾਬ ਹੈ ਇਹਦੇ ਵਿੱਚ ਅਲੱਗ ਹੀ ਸੰਕਟ ਆ ਗਏ ਨੇ, ਸੱਭਿਆਚਾਰਕ ਸੰਕਟ ਵੀ ਹੈਗਾ ਤੇ ਰਾਜਨੀਤਿਕ ਸੰਕਟ ਵੀ ਹੈਗਾ। ਤੇ ਇਹ ਸੰਕਟ ਦੇਖ ਕੇ ਜਿਹੜੇ ਇੱਥੇ ਦੇ ਲੋਕ ਸੀ ਉਹਨਾਂ ਦੇ ਮਨ ਦੇ ਵਿੱਚ ਸਹਿਮ, ਡਰ ਵਗੈਰਾ ਆਇਆ ਸੀ। ਤੇ ਸੇਮ ਹੀ ਚੀਜ਼ ਸਾਹਿਤਕਾਰਾਂ ਵਿੱਚ ਵੀ ਹੈ, ਕਿਉਂਕਿ ਸਾਹਿਤਕਾਰ ਇਸ ਚੀਜ਼ ਦੇ ਲਈ ਚਿੰਤਾਵਾਨ ਸੀਗੇ ਤੇ ਉਹਨਾਂ ਨੂੰ ਸਮੇਂ ਦੀ ਲੋੜ ਮਹਿਸੂਸ ਹੋਈ। ਉਹਨਾਂ ਨੇ ਕੀ ਕੀਤਾ, ਆਪਣੇ ਨਾਟਕਾਂ, ਕਹਾਣੀਆਂ, ਨਾਵਲਾਂ ਵਗੈਰਾ ਦੇ ਵਿੱਚ ਸਾਂਝ ਪੈਦਾ ਕਰਨ ਦੇ ਲਈ, ਲੋਕਾਂ ਦੇ ਵਿੱਚ ਸੱਭਿਆਚਾਰਕ ਸਾਂਝ ਪੈਦਾ ਕਰਨ ਦੇ ਵਾਸਤੇ ਇਸ ਪ੍ਰਵਿਰਤੀ ਦੇ ਅਧੀਨ ਆਪਣੇ ਨਾਟਕਾਂ ਦੀ ਰਚਨਾ ਕਰਨੀ ਸ਼ੁਰੂ ਕਰਤੀ। ਓਕੇ, ਤੇ ਉਸੇ ਹੀ ਪ੍ਰਵਿਰਤੀ ਦੇ ਵਿੱਚ ਇਹ ਵਾਲਾ ਨਾਟਕ ਆਏਗਾ ਜਿਹਦਾ ਨਾਮ ਹੈ ਅੰਨੇ ਨਿਸ਼ਾਨਚੀ। ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗਾ ਜੀ, ਇਹਦੇ ਵਿੱਚ ਦੋਨੋਂ ਚੀਜ਼ਾਂ ਆਉਣਗੀਆਂ। ਪਹਿਲੇ ਨੰਬਰ 'ਤੇ ਤਾਂ ਸਾਡਾ ਸਾਂਝਾ ਸੱਭਿਆਚਾਰ ਦਿਖਾਇਆ ਗਿਆ। ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਈ ਸ਼੍ਰੇਣੀਆਂ ਦੇ ਲੋਕ ਰਹਿੰਦੇ ਨੇ, ਉਹਨਾਂ ਸਾਰੀਆਂ ਹੀ ਸ਼੍ਰੇਣੀਆਂ ਦੇ ਲੋਕਾਂ ਦਾ ਵਿਸ਼ਲੇਸ਼ਣ ਕੀਤਾ। ਫਿਰ ਉਸ ਤੋਂ ਬਾਅਦ 1947 ਦੀ ਵੰਡ ਦੇ ਕਰਕੇ ਸਾਡੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਲੋਕਾਂ ਨੇ ਬਰਦਾਸ਼ਤ ਕੀਤਾ, ਉਸ ਮਾਰ ਦੇ ਪ੍ਰਭਾਵ ਨੂੰ ਵੀ ਇਹਦੇ ਵਿੱਚ ਦਿਖਾਇਆ ਗਿਆ। ਓਕੇ, ਪਰ ਹਾਂ ਜਦੋਂ ਤੁਸੀਂ ਇਸ ਨਾਟਕ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਇਹਦੇ ਵਿੱਚ ਬਹੁਤ ਸਾਰੇ ਸੁਝਾਅ ਵੀ ਦਿੱਤੇ ਗਏ ਨੇ। ਠੀਕ ਹੈ, ਕਿੱਦਾਂ ਦੇ ਸੁਝਾਅ? ਜਿਹਦੇ ਨਾਲ ਅੱਜ ਦਾ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮਾਹੌਲ ਹੈ ਜਿਹੜਾ, ਇਹ ਜਿਹੜੀ ਅਵਸਥਾ ਹੈ, ਇਹਨੂੰ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕਰ ਸਕਦੇ ਹਾਂ। ਤਾਂ ਕੀ ਮੈਨੂੰ ਕੋਈ ਬੱਚਾ ਦੱਸ ਸਕਦਾ ਹੈ ਕਿ ਅੰਨੇ ਨਿਸ਼ਾਨਚੀ ਰਚਨਾ ਹੈਗੀ ਕਿਸਦੀ ਹੈ? ਮੈਨੂੰ ਇਸਦਾ ਆਂਸਰ ਕਰਨਾ ਕਿਹਦੀ ਰਚਨਾ। ਠੀਕ ਹੈ ਜੀ, ਓਕੇ। ਤਾਂ ਹੁਣ ਇਹਦੇ ਵਿੱਚ ਦਿਖਾਉਣਾ ਕੀ ਚਾਹੁੰਦੇ ਨੇ ਕਿ ਪੂਰੇ ਭਾਰਤ ਦੇ ਵਿੱਚ, ਖਾਸ ਕਰਕੇ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ,
ਤਾਂ ਉਹਨਾਂ ਦੇ ਵਿੱਚ ਡਰ, ਸਹਿਰ ਤੇ ਸਹਿਮ ਤੇ ਨਿਰਾਸ਼ਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਆ ਰਹੀ ਹੈ, ਹੈ ਨਾ? ਅਤੇ ਐਸੇ ਚੀਜ਼ ਨੂੰ ਹੀ ਉਹਨਾਂ ਨੇ ਦਿਖਾਇਆ ਕਿ ਸਿਆਸਤਦਾਨ ਜਿਹੜੇ ਨੇ ਉਹ ਇਸ ਚੀਜ਼ ਦਾ ਬਲਕਿ ਨਜਾਇਜ਼ ਫਾਇਦਾ ਚੁੱਕਦੇ ਨੇ ਅਤੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਆਪਸ ਦੇ ਵਿੱਚ ਲੜਾਉਂਦੇ ਨੇ। ਠੀਕ ਹੈ ਜੀ, ਹਾਂਜੀ ਬਿਲਕੁਲ, ਮੈਂ ਰੋਹਤਕ ਸੁਣਿਆ, ਵੈਰੀ ਗੁੱਡ, ਬਿਲਕੁਲ ਇਹ ਹੈਗੀ ਹੈ ਅਜਮੇਰ ਔਲਖ ਦੀ ਰਚਨਾ। ਠੀਕ, ਓਕੇ, ਤੀਸਰਾ ਦੇਖੋ ਜੀ, ਚਰਨ ਦਾਸ ਸਿੱਧੂ ਦਾ ਨਾਟਕ, ਬਾਬਾ ਬੰਤੂ, ਬਾਤ ਫੱਤੂ ਝੀਰ ਦੀ, ਮਸਤ ਮੇਗੋ ਵਾਲੀਆ, ਤਾਇਆ ਹਾਕਮ ਸਿਉਂ ਅਤੇ ਸਾਰੇ। ਹਾਂਜੀ, ਇਹਦੇ 'ਚ ਤੁਸੀਂ ਤੀਸਰੇ ਪ੍ਰਸ਼ਨ ਦੇ ਲਈ ਆਂਸਰ ਕਰੋ ਕੀ ਹੋਏਗਾ। ਚਲੋ, ਵਾਟ ਵਿਲ ਬੀ ਦ ਆਂਸਰ? ਤੀਸਰੇ ਲਈ ਡੀ ਉੱਤਰ ਆਇਆ। ਯੈਸ, ਇਹ ਜੀ ਤਾਇਆ ਹਾਕਮ ਸਿਉਂ ਤੇ ਸਾਰੇ, ਇਹ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਤੁਹਾਨੂੰ ਮਿਲਣਗੀਆਂ ਚਰਨ ਦਾਸ ਸਿੱਧੂ ਦੀਆਂ। ਹੁਣ ਦੇਖੋ, ਜਦੋਂ ਆਪਾਂ ਚਰਨ ਦਾਸ ਸਿੱਧੂ ਦੀ ਗੱਲ ਕਰਦੇ ਹਾਂ ਤਾਂ ਇਹ ਕਿਸ ਦੇ ਨਾਲ ਸਾਹਿਤ ਖੇਤਰ ਦੇ ਵਿੱਚ ਕਹਿ ਲਓ, ਨਾਟਕ ਖੇਤਰ ਦੇ ਵਿੱਚ ਕਹਿ ਲਓ, ਪੰਜਾਬੀ ਨਾਟਕ 'ਚ ਕਹਿ ਲਓ, ਪ੍ਰਵੇਸ਼ ਕਰਦੇ ਨੇ? ਤਾਂ ਇਹਨਾਂ ਦੀ ਰਚਨਾ ਆਉਂਦੀ ਹੈ ਇੰਦੂਮਤੀ ਸਤੀ ਦੇ। ਠੀਕ ਹੈ, ਉਹਦੇ ਨਾਲ ਇਹ 1973 ਦੇ ਵਿੱਚ ਪੰਜਾਬੀ ਨਾਟਕ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਵੈਸੇ ਕਰੀਬਨ ਦਰਜਨ ਨਾਟਕ ਲਗਾ ਲਓ ਜਿਹੜੇ ਇਹਨਾਂ ਦੇ ਛਪ ਚੁੱਕੇ ਨੇ, ਓਕੇ, ਉਹਨਾਂ ਦੇ ਵਿੱਚੋਂ ਇਹ ਸਾਰੇ ਦੇ ਸਾਰੇ ਇੰਪੋਰਟੈਂਟ ਨਾਟਕ ਰਹਿਣਗੇ। ਠੀਕ, ਅਗਰ ਆਪਾਂ ਗੱਲ ਕਰਦੇ ਹਾਂ ਜੀ ਬਾਬਾ ਬੰਤੂ ਦੀ, ਤਾਂ ਇਸ ਦਾ ਟਾਈਮ ਪੀਰੀਅਡ ਆਏਗਾ ਜੀ 1984 ਦਾ। ਬਾਤ ਫੱਤੂ ਝੀਰ ਦੀ, ਇਹ ਹੈਗਾ 1986 ਦਾ। ਮਸਤ ਮੇਗੋ ਵਾਲੀਆ, ਇਹ ਵੀ ਹੈਗਾ ਜੀ 1986 ਦਾ। ਅਤੇ ਤਾਇਆ ਹਾਕਮ ਸਿਉਂ, ਇਹ ਆਏਗਾ 1987 ਦੇ ਵਿੱਚ। ਠੀਕ ਹੈ, ਇਹਦੇ ਤੋਂ ਬਿਨਾਂ ਆਪਾਂ ਇਹਨਾਂ ਦੀਆਂ ਹੋਰ ਕਿਹੜੀਆਂ ਕਿਹੜੀਆਂ ਰਚਨਾਵਾਂ ਆਲਰੇਡੀ ਕਰ ਚੁੱਕੇ ਹਾਂ ਜੀ, ਇਹਦੇ ਤੋਂ ਬਿਨਾਂ ਆਪਾਂ ਕਿਹੜੀਆਂ ਕਿਹੜੀਆਂ ਰਚਨਾਵਾਂ ਕੀਤੀਆਂ? ਇੰਦੂਮਤੀ ਸਤੀ ਦੇਵਤਾ ਹੋ ਗਿਆ, ਭਜਨੋ ਹੋ ਗਈ, ਲੇਖੂ ਕਰੇ ਕਵੱਲੀਆਂ, ਅੰਬੀਆਂ ਨੂੰ ਤਰਸੇਂਗੀ, ਔਰ ਇੱਕ ਬੜੀ ਹੀ ਇੰਪੋਰਟੈਂਟ, ਕੱਲ੍ਹ ਕਾਲਜ ਬੰਦ ਰਹੇਗਾ। ਠੀਕ ਹੈ, ਇਹ ਸਾਰੀਆਂ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਆ ਜਾਣੀਆਂ। ਅੱਗੇ ਚੌਥਾ ਦੇਖੋ, ਚਰਨ ਦਾਸ ਸਿੱਧੂ ਨੇ ਕਿਸ ਨਾਟਕ ਵਿੱਚ ਗੁੱਗੇ ਦੀ ਕਥਾ ਨੂੰ, ਯਾਨੀ ਗੁੱਗਾ ਪੀਰ ਦੀ ਗੱਲ ਹੋ ਰਹੀ ਹੈ, ਉਹਦੀ ਕਥਾ ਨੂੰ ਆਧੁਨਿਕਤਾ ਦੇ ਰੰਗ ਦੇ ਵਿੱਚ ਪੇਸ਼ ਕੀਤਾ? ਇੰਦੂਮਤੀ ਸਤੀ ਦੇ, ਬਾਬਾ ਬੰਤੂ, ਪੰਜ ਖੂਹਾਂ ਵਾਲੇ, ਜਾਂ ਭਾਈ ਹਾਕਮ ਸਿਉਂ? ਯੈਸ, ਤਾਂ ਕੀ ਉੱਤਰ ਹੋਊਗਾ ਜੀ ਫੋਰਥ ਕੁਐਸਚਨ ਦੇ ਲਈ? ਪਰਮ ਜੀ ਨੇ ਬੀ ਆਂਸਰ ਕਰਤਾ ਹੈ, ਚਲੋ ਦੇਖਦੇ ਹਾਂ। ਵੈਰੀ ਗੁੱਡ, ਇਸ ਦਾ ਉੱਤਰ ਹੋਣਾ ਜੀ ਬਾਬਾ ਬੰਤੂ। ਠੀਕ ਹੈ, ਓਕੇ, ਹੁਣ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਕਿ ਜਿਹੜੇ ਤੁਹਾਨੂੰ ਚਰਨ ਦਾਸ ਸਿੱਧੂ ਦੇ ਨਾਟਕ ਦਿਖਦੇ ਹਨ, ਇਹਦੇ 'ਚ ਤੁਹਾਨੂੰ ਇਤਿਹਾਸਿਕ ਮਿਥਿਹਾਸਿਕ ਹਵਾਲੇ ਬਹੁਤ ਮਿਲਣੇ ਹੈ, ਪੁਰਾਣਿਕ ਕਥਾਵਾਂ ਵੀ ਬਹੁਤ ਮਿਲਣਗੀਆਂ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰਦੇ ਹਾਂ ਇੰਦੂਮਤੀ ਸਤੀ ਦੇਵ ਦੀ, ਇਹਦੇ ਵਿੱਚ ਜੇਕਰ ਪੁੱਛਿਆ ਜਾਏ ਕਿ ਕਿਹੜੇ ਰਾਜੇ ਦੀ ਕਹਾਣੀ ਹੈ, ਰਾਜੇ ਭਰਤ ਦੀ। ਐਕਚੁਅਲੀ ਰਾਜੇ ਭਰਤ ਦੇ ਸਮਾਜ ਨੂੰ ਉਹਨਾਂ ਨੇ ਮਾਡਰਨ ਤਰੀਕੇ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ। ਦੂਜੇ ਪਾਸੇ ਗੱਲ ਕਰਦੇ ਹਾਂ ਬਾਬਾ ਬੰਤੂ ਦੀ, ਅਸੀਂ ਸਾਰੇ ਜਣੇ ਮਿਥਿਹਾਸਿਕ ਕਥਾ ਸੁਣਦੇ ਹੁੰਦੇ ਹਾਂ, ਗੁੱਗੇ ਦੀ ਕਥਾ। ਠੀਕ ਹੈ, ਉਹਨੂੰ ਵੀ ਇਹਨਾਂ ਨੇ ਮਾਡਰਨ ਰੰਗ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਤੀਸਰੇ ਪਾਸੇ ਉਹਨਾਂ ਨੇ ਕੀ ਕੀਤਾ, ਪੰਜਾਬ ਦੇ ਵਿੱਚ ਉਸ ਟਾਈਮ 'ਤੇ ਜਿਹੜਾ ਸਿਆਸੀ ਮਾਹੌਲ ਸੀ, ਨਾਲ ਦੇ ਨਾਲ ਸੱਭਿਆਚਾਰਕ ਜਿਹੜਾ ਸੰਕਟ ਹੈ, ਉਹਨੂੰ ਵੀ ਇਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਜਿਵੇਂ ਕਿ ਪੰਜ ਖੂਹਾਂ ਵਾਲੇ ਅਤੇ ਭਾਈ ਹਾਕਮ ਸਿੰਘ, ਇਹ ਇਹਦੇ ਇੱਦਾਂ ਦੇ ਨਾਟਕ ਨੇ
ਜਿਹਦੇ ਵਿੱਚ ਇਹਨਾਂ ਨੇ ਪੰਜਾਬ ਦੀਆਂ ਤਾਜ਼ਾ ਘਟਨਾਵਾਂ ਦੇ ਬਾਰੇ ਵਿੱਚ, ਉਹਨਾਂ ਦੀ ਰਾਜਨੀਤੀ ਦੇ ਬਾਰੇ ਅਤੇ ਸਮਾਜਿਕ ਕਾਰਨਾਂ ਦਾ ਵਿਸ਼ਲੇਸ਼ਣ ਵੀ ਇਹਨਾਂ ਦੇ ਨਾਲ ਹੀ ਕਰ ਦਿੱਤਾ। ਠੀਕ ਹੈ ਜੀ। ਇੱਕ ਤੁਸੀਂ ਹੋਰ ਦੇਖੋ, ਪੰਜ ਖੂਹਾਂ ਵਾਲੇ ਨੂੰ ਅਗਰ ਆਪਾਂ ਪ੍ਰਿਸਾਈਸਲੀ ਅਤੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੇਖੀਏ ਤਾਂ ਇਹਦੇ ਵਿੱਚ ਇਹਨਾਂ ਨੇ ਪੰਜਾਬ ਦੀ ਸਮੱਸਿਆ ਦਿਖਾਈ ਹੈ, ਉਹਨੂੰ ਜੋੜਿਆ ਕਿਹਦੇ ਨਾਲ ਹੈ, ਪੰਜਾਬੀਆਂ ਦੀ ਮਾਨਸਿਕਤਾ ਦੇ ਨਾਲ ਜੋੜਿਆ। ਠੀਕ ਹੈ। ਅਤੇ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਪੰਜ ਖੂਹਾਂ ਵਾਲੇ ਨਾਟਕ ਹੈ, ਇਹ ਸਿੱਧੂ ਦੀ ਬਹੁਤ ਵੱਡੀ ਪ੍ਰਾਪਤੀ ਹੋਊਗੀ। ਓਕੇ। ਅਤੇ ਇਹਦੇ ਵਿੱਚ ਇਹਨਾਂ ਨੇ ਇੱਕ ਚੀਜ਼ ਦੱਸੀ ਹੈ ਕਿ ਜਿਹੜੀ ਸਾਡੀ ਫਿਤਰਤ ਹੈ ਅਸਲ ਦੇ ਵਿੱਚ ਇਹੀ ਹੈ ਜਿਹਦੇ ਵਿੱਚ ਇੰਨਾ ਜ਼ਿਆਦਾ ਸਵਾਰਥ ਹੈ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੀ ਇਹੀ ਹੋਊਗਾ। ਓਕੇ। ਅੱਗੇ ਜੀ ਪੰਜਵਾਂ ਪ੍ਰਸ਼ਨ, ਕਿਸ ਪ੍ਰਵਿਰਤੀ ਅਧੀਨ ਲੋਕ ਗੀਤਾਂ ਅਤੇ ਲੋਕ ਧੁਨਾਂ ਦੇ ਨਾਲ ਲੋਕ ਸੰਗੀਤ ਇਹਨਾਂ ਦਾ ਸਹਾਰਾ ਲਿਆ ਜਾਂਦਾ ਹੈ? ਸੱਭਿਆਚਾਰਕ ਪ੍ਰਵਿਰਤੀ, ਇਤਿਹਾਸਿਕ ਪ੍ਰਵਿਰਤੀ, ਲੋਕ ਨਾਟ ਪ੍ਰਵਿਰਤੀ, ਰਾਜਨੀਤਿਕ ਪ੍ਰਵਿਰਤੀ? ਸ਼ਾਬਾਸ਼ ਕੁਲਵੀਰ ਸਿੰਘ ਜੀ। ਹਾਂਜੀ, ਪੰਜਵਾਂ ਮਿਲਣਾ ਤੇ ਕਿਸੇ ਦਾ ਵੀ ਨਹੀਂ ਗਲਤ ਹੋਣਾ, ਨਾਮ ਤੇ ਪਤਾ ਚੱਲ ਜਾਣਾ ਆ। ਓ ਇਹ ਆਣੀ ਹੈ ਜੀ ਸਾਡੀ ਲੋਕ ਨਾਟ ਪ੍ਰਵਿਰਤੀ ਤੇ ਨਾਲ ਦੇ ਨਾਲ ਸੱਭਿਆਚਾਰਕ। ਯੈਸ ਆਫਕੋਰਸ, ਮੈਂ ਦੱਸਦੀ ਹਾਂ ਕਿੱਦਾਂ, ਰੁਕੋ। ਐਕਚੁਲੀ ਜਿਹਨਾਂ ਨੇ ਲੋਕ ਨਾਟ ਲਗਾਇਆ ਉਹਨਾਂ ਦਾ ਆਂਸਰ ਵੀ ਠੀਕ ਹੈ, ਜਿਹਨਾਂ ਨੇ ਸੱਭਿਆਚਾਰ ਆਂਸਰ ਲਗਾਇਆ ਆਂਸਰ ਉਹਨਾਂ ਦਾ ਵੀ ਠੀਕ ਹੈ। ਪਰ ਜੇਕਰ ਤੁਹਾਡੇ ਸਾਹਮਣੇ ਇਹ ਦੋਨੋਂ ਦੇ ਦੋਨੋਂ ਆਪਸ਼ਨ ਆਉਣਗੇ ਤਾਂ ਤੁਹਾਨੂੰ ਦੇਖਣਾ ਪਏਗਾ ਕਿ ਅਸੀਂ ਜ਼ਿਆਦਾ ਕਲੋਜ਼ ਕਿਹਦੇ ਹਾਂ, ਤਾਂ ਜ਼ਿਆਦਾ ਕਲੋਜ਼ ਇਹ ਲੋਕ ਨਾਟ ਪ੍ਰਵਿਰਤੀ ਦੇ ਹੋਣੇ। ਠੀਕ ਹੈ। ਮੰਨ ਲਓ ਇੱਥੇ ਲੋਕ ਨਾਟ ਪ੍ਰਵਿਰਤੀ ਤੁਹਾਨੂੰ ਆਉਂਦਾ ਹੀ ਨਾ, ਫਿਰ ਆਫਕੋਰਸ ਤੁਸੀਂ ਆਂਸਰ ਸੱਭਿਆਚਾਰਕ ਪ੍ਰਵਿਰਤੀ ਕਰ ਦਿੰਦੇ, ਕਿਉਂਕਿ ਸਾਡੇ ਸੱਭਿਆਚਾਰ ਦਾ ਹੀ ਇੱਕ ਅੰਗ ਹੁੰਦਾ ਹੈ ਲੋਕ ਨਾਟ, ਹੈ ਨਾ ਜੀ, ਸਮਝ ਗਏ। ਪਰ ਇੱਥੇ ਕਿਉਂਕਿ ਮੈਂ ਦੋਨੋਂ ਆਪਸ਼ਨ ਦਿੱਤੇ, ਇਸ ਕਰਕੇ ਜਿਹੜਾ ਤੁਹਾਡਾ ਆਂਸਰ ਹੈ ਉਹ ਸੀ ਆਉਣਾ ਚਾਹੀਦਾ। ਓਕੇ। ਅੱਛਾ, ਪੰਜਾਬੀ ਨਾਟਕ ਦੇ ਵਿੱਚ ਕਰੀਬਨ ਇੱਕ ਦਹਾਕੇ ਤੋਂ ਆਪਾਂ ਦੇਖਦੇ ਹਾਂ ਅਤੇ ਸਾਡੇ ਨਾਟਕਕਾਰਾਂ ਦਾ ਰੁਝਾਨ ਜਿਹੜਾ ਉਹ ਲੋਕ ਨਾਟ ਵਿਧੀਆਂ ਦੀ ਵਰਤੋਂ ਦੇ ਵਿੱਚ ਜ਼ਿਆਦਾ ਆ ਗਿਆ ਹੋਇਆ। ਓਕੇ। ਪੰਜਾਬੀ ਰੰਗਮੰਚ 'ਤੇ ਦੇਖ ਲਓ ਜੀ, ਮੌਲਿਕ ਅਤੇ ਵਿਕਸਿਤ ਦੋਨਾਂ ਹੀ ਤਰ੍ਹਾਂ ਦੀ ਜਿਹੜੀ ਨਾਟ ਪਰੰਪਰਾ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਨਾ ਇਹ ਲੋਕ ਨਾਟ ਪ੍ਰਵਿਰਤੀਆਂ ਦੇ ਦੁਆਰਾ ਹੀ ਸਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਓਕੇ। ਕਿਉਂਕਿ ਲੋਕ ਨਾਟ ਇੱਦਾਂ ਦੀ ਪਰੰਪਰਾ ਆ ਜਾਣੀ ਹੈ ਜਿਹਦੇ ਵਿੱਚ ਸਾਡਾ ਇਤਿਹਾਸਿਕ ਅਤੇ ਸੱਭਿਆਚਾਰਕ ਜਿਹੜਾ ਵਿਰਸਾ ਉਹ ਦੋਨਾਂ ਤਰੀਕਿਆਂ ਨਾਲ ਦਿਖੇਗਾ, ਅਮੀਰੀ ਦੇ ਮਾਮਲੇ 'ਚ ਵੀ ਅਤੇ ਕਿੰਨਾ ਪੁਰਾਣਾ ਇਸ ਮਾਮਲੇ ਦੇ ਵਿੱਚ ਵੀ। ਠੀਕ ਹੈ। ਅਤੇ ਸਾਨੂੰ ਤਾਂ ਵੈਸੇ ਹੀ ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਲੋਕ ਨਾਟ ਹੈ, ਇਹ ਤਾਂ ਸਾਨੂੰ ਵੈਸੇ ਹੀ ਵਿਰਸੇ ਦੇ ਵਿੱਚੋਂ ਹੀ ਮਿਲਿਆ, ਤਾਂ ਇਹ ਸਾਡੇ ਲਈ ਅੱਜ ਦੀ ਡੇਟ ਦੇ ਵਿੱਚ ਕੀ ਬਣ ਗਿਆ, ਪ੍ਰੇਰਨਾ ਸਰੋਤ ਬਣ ਗਿਆ। ਓਕੇ। ਅਤੇ ਲੋਕ ਨਾਟ ਪ੍ਰਵਿਰਤੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨਾਟਕਾਂ 'ਚ ਯੂਜ਼ ਹੋਣਗੀਆਂ? ਲੋਕ ਗੀਤ ਯੂਜ਼ ਹੋਣੇ ਆ। ਠੀਕ ਹੈ। ਫਿਰ ਲੋਕ ਧੁਨਾਂ, ਲੋਕ ਸੰਗੀਤ, ਲੋਕ ਕਹਾਣੀਆਂ, ਦੈਨ ਲੋਕ ਭਾਵਨਾਵਾਂ, ਇਹਨਾਂ ਸਾਰਿਆਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਲੋਕ ਧਾਰਾ ਦਾ ਜਿਹੜਾ ਪਰਿਪੇਖ ਹੈ ਉਸ ਨੂੰ ਵੀ ਅੱਜ ਦੀਆਂ ਕਦਰਾਂ ਕੀਮਤਾਂ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ। ਠੀਕ ਹੈ ਜੀ, ਇਹ ਹੋ ਗਿਆ। ਆਲਰਾਈਟ, ਇਸ ਤੋਂ ਬਾਅਦ ਹੁਣ ਅਗਲਾ ਪ੍ਰਸ਼ਨ ਐਸੇ ਨੂੰ ਹੀ ਕੰਪਲੀਟ ਕਰਕੇ ਆਊਗਾ ਜੀ, ਕਿ ਲੋਕ ਨਾਟ ਪ੍ਰਵਿਰਤੀ ਅਧੀਨ ਲਿਖਿਆ ਨਾਟਕ ਦੱਸੋ। ਧੂਣੀ ਦੀ ਅੱਗ, ਰਾਣੀ ਕੋਕਲਾ, ਕੱਲ ਅੱਜ ਤੇ ਭਲਕ, ਸਾਰੇ। ਹਾਂਜੀ, ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰੋ ਕੀ ਹੋਏਗਾ। ਵਾਓ ਜਸਰੀਤ ਜੀ, ਐਬਸੋਲਿਊਟਲੀ ਰਾਈਟ, ਬਹੁਤ ਵਧੀਆ, ਬਹੁਤ ਵਧੀਆ। 6 ਦੇ ਲਈ ਤੁਹਾਡਾ ਆਂਸਰ ਆ ਰਿਹਾ ਜੀ ਬੀ। ਹਾਂ, ਓਕੇ, ਚਲੋ ਦੇਖੀਏ, ਡੀ ਵੀ ਆ ਰਿਹਾ। ਜਿਨ੍ਹਾਂ ਨੇ ਵੀ ਉੱਤਰ ਕੀਤਾ ਨਾ ਡੀ,
ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ। ਇਹ ਸਾਰੇ ਦੇ ਸਾਰੇ ਹੀ ਲੋਕ ਨਾਟ ਪ੍ਰਵਿਰਤੀ ਦੇ ਅਧੀਨ ਲਿਖੇ ਗਏ ਨਾਟਕ ਹੈਗੇ ਨੇ। ਓਕੇ ਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਇਹ ਲੋਕ ਨਾਟ ਪ੍ਰਵਿਰਤੀ ਹੈ ਇਹਦੇ ਅੰਡਰ ਸਭ ਤੋਂ ਸਫਲ ਪੰਜਾਬੀ ਦੇ ਵੈਸੇ ਤਿੰਨ ਰਾਈਟਰ ਹੀ ਮੇਨ ਮੰਨੇ ਜਾਂਦੇ ਨੇ। ਇੱਕ ਕਪੂਰ ਸਿੰਘ ਘੁੰਮਣ, ਠੀਕ ਹੈ, ਦੂਸਰਾ ਬਲਵੰਤ ਗਾਰਗੀ ਅਤੇ ਤੀਸਰੇ ਡਾਕਟਰ ਹਰਚਰਨ ਸਿੰਘ, ਠੀਕ ਹੈ। ਅਤੇ ਇਹ ਤਿੰਨੋਂ ਹੀ ਦੇਖ ਲਓ ਜ਼ਰਾ ਨਾਟਕ, ਜਿਵੇਂ ਕਿ ਧੂਣੀ ਦੀ ਅੱਗ, ਇਹ ਕਿਹਨਾਂ ਦਾ? ਬਲਵੰਤ ਗਾਰਗੀ ਦਾ ਲਿਖਿਆ ਹੋਇਆ। ਰਾਣੀ ਕੋਕਲਾ ਕਿਹਦਾ? ਇਹ ਹੈਗਾ ਜੀ ਕਪੂਰ ਸਿੰਘ ਘੁੰਮਣ ਦਾ। ਕੱਲ ਅੱਜ ਤੇ ਭਲਕ ਕਿਹਦਾ? ਇਹ ਹੈਗਾ ਹਰਚਰਨ ਸਿੰਘ ਦਾ। ਯਾਨੀ ਤਿੰਨਾਂ ਨੇ ਹੀ ਲੋਕ ਨਾਟ ਪ੍ਰਵਿਰਤੀ ਨੂੰ ਆਪਣੇ ਨਾਟਕਾਂ 'ਚ ਜਗ੍ਹਾ ਦਿੱਤੀ ਹੈ। ਇਹਦੇ ਤੋਂ ਬਿਨਾਂ ਜੇਕਰ ਤੁਹਾਡੇ ਕੋਲ ਪੁੱਛੇ ਜਾਣ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਵੀਨ ਨਾਟਕਕਾਰ ਨੇ ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਨੇ ਜਿਹੜੇ ਲੋਕ ਨਾਟ ਪ੍ਰਵਿਰਤੀ ਨੂੰ ਯੂਜ਼ ਕਰਦੇ ਹੈ, ਤਾਂ ਇਹ ਆ ਜਾਣਗੇ ਜੀ ਕਪੂਰ ਸਿੰਘ ਘੁੰਮਣ, ਇਹ ਆ ਜਾਣਗੇ ਆਤਮਜੀਤ, ਫਿਰ ਔਲਖ ਅਤੇ ਚਰਨਦਾਸ ਸਿੱਧੂ, ਸਮਝ ਗਏ? ਤਾਂ ਇਹਨਾਂ ਸਾਰਿਆਂ ਨੇ ਹੀ ਆਪਣੇ ਨਾਟਕਾਂ ਦੇ ਵਿੱਚ ਇਸ ਪ੍ਰਵਿਰਤੀ ਦਾ ਯੂਜ਼ ਕੀਤਾ। ਓਕੇ ਠੀਕ ਜੀ, ਅੱਗੇ ਦੇਖੋ ਸੱਤਵਾਂ ਪ੍ਰਸ਼ਨ, ਅਜਮੇਰ ਸਿੰਘ ਔਲਖ ਦਾ ਕਿਹੜਾ ਨਾਟਕ ਲੋਕ ਨਾਟ ਪ੍ਰਵਿਰਤੀ ਅਧੀਨ ਲਿਖਿਆ ਗਿਆ ਜੀ? ਮਿਰਜ਼ਾ ਯਾਰ, ਸੁੱਕੀ ਕੁੱਖ, ਬਾਬਾ ਬੰਤੂ, ਕੋਈ ਨਹੀਂ। ਯੈਸ, ਸੱਤਵੇਂ ਦੇ ਲਈ ਆਂਸਰ ਜੀ ਏ ਔਰ ਬੀ ਦੋ ਆਏ। ਜਿਨ੍ਹਾਂ ਨੇ ਵੀ ਬੀ ਉੱਤਰ ਕੀਤਾ ਹੈ ਸੁੱਕੀ ਕੁੱਖ, ਉਹਨਾਂ ਦਾ ਆਂਸਰ ਹੈ ਬਿਲਕੁਲ ਸਹੀ। ਓਕੇ ਰਾਈਟ, ਇਸ ਤੋਂ ਬਿਨਾਂ ਫਿਰ ਮਿਰਜ਼ਾ ਯਾਰ, ਇਹ ਕਿਹਨਾਂ ਦੀ ਰਚਨਾ ਹੈ? ਸੁਰਜੀਤ ਸਿੰਘ ਸੇਠੀ ਦੀ ਰਚਨਾ। ਸੁੱਕੀ ਕੁੱਖ ਆਪਾਂ ਦੇਖ ਹੀ ਲਿਆ, ਅਜਮੇਰ ਸਿੰਘ ਔਲਖ ਦੀ ਰਚਨਾ, ਠੀਕ ਹੈ। ਇਸ ਤੋਂ ਅੱਗੇ ਗੱਲ ਕਰਦੇ ਹਾਂ ਬਾਬਾ ਬੰਤੂ ਦੀ, ਤਾਂ ਇਹ ਆਏਗਾ ਜੀ ਚਰਨਦਾਸ ਸਿੱਧੂ ਦਾ ਨਾਟਕ। ਓਕੇ, ਇਹ ਵੀ ਸਾਰੇ ਲੋਕ ਨਾਟ ਪ੍ਰਵਿਰਤੀ ਦੇ ਅਧੀਨ ਹੀ ਲਿਖੇ ਗਏ ਨੇ। ਆਲ ਰਾਈਟ, ਅੱਗੇ ਦੇਖੋ ਜੀ ਅੱਠਵਾਂ ਪ੍ਰਸ਼ਨ, ਲਾਲਸਾ ਕਪੂਰ ਕਿਹੜੇ ਨਾਟਕ ਦੀ ਪਾਤਰ ਹੈ? ਯੈਸ ਪਲੀਜ਼, ਅਤੀਤ ਦੇ ਪਰਛਾਵੇਂ, ਜ਼ਿੰਦਗੀ ਤੋਂ ਦੂਰ, ਪਰਛਾਵਿਆਂ ਦੀ ਪਕੜ, ਉਦਾਸ ਲੋਕ। ਯੈਸ, ਅੱਠਵੇਂ ਕੁਐਸਚਨ ਦੇ ਲਈ ਆਂਸਰ ਕਰਨਾ ਹੁਣ ਤੁਸੀਂ। ਸ਼ਾਬਾਸ਼, ਚਲੋ ਜੀ ਅੱਠਵੇਂ ਦੇ ਲਈ ਡੀ ਤੇ ਸੀ ਦੋ ਉੱਤਰ ਆਏ ਜੀ। ਜਿਨ੍ਹਾਂ ਨੇ ਵੀ ਅਤੀਤ ਦੇ ਪਰਛਾਵੇਂ ਆਂਸਰ ਕੀਤਾ ਜੋ ਹਾਲੇ ਤੱਕ ਨਹੀਂ ਆਇਆ, ਯਾਨੀ ਕਿ ਇਹ ਉੱਤਰ ਠੀਕ ਹੈ, ਇਹ ਹੋਏਗਾ ਅਤੀਤ ਦੇ ਪਰਛਾਵੇਂ। ਪਹਿਲਾਂ ਤਾਂ ਰਚਨਾ ਕਹਿੰਦੀ ਹੈ ਸਾਨੂੰ ਪਤਾ ਜੀ, ਇਹ ਹੈਗੀ ਹੈ ਹਰਸਿਮਰਤ ਜੀ, ਬਿਲਕੁਲ ਠੀਕ ਉੱਤਰ ਦਿੱਤਾ ਤੁਸੀਂ। ਇਹ ਹੈਗੀ ਹੈ ਜੀ ਕਪੂਰ ਸਿੰਘ ਦਾ ਨਾਟਕ, ਹੈ ਨਾ। ਕਿਹਦੇ 'ਤੇ ਆਧਾਰਿਤ ਹੈ? ਇਹਦੇ ਵਿੱਚ ਇਹਨਾਂ ਨੇ ਮਾਨਸਿਕ ਸੰਕਟ ਨੂੰ ਪੇਸ਼ ਕੀਤਾ, ਨੰਬਰ ਵਨ। ਨੰਬਰ ਟੂ, ਇਹਦੇ ਵਿੱਚ ਜਿਹੜੀ ਲਾਲਸਾ ਹੁੰਦੀ ਹੈ ਉਹਦੇ ਅੰਦਰਲੀ ਪ੍ਰੋਬਲਮ ਨੂੰ ਇਹਨਾਂ ਨੇ ਪੇਸ਼ ਕੀਤਾ। ਕਿੱਦਾਂ? ਇਹ ਕੀ ਹੈ ਜੀ, ਆਪਣੇ ਹਸਬੈਂਡ ਸੰਕੇਤ ਦੇ ਨਾਲ ਹਨੀਮੂਨ ਮਨਾਉਣ ਵਾਸਤੇ ਜਾਂਦੀ ਹੈ। ਕਿੱਥੇ ਜਾਂਦੀ ਹੈ ਜੀ? ਸ਼੍ਰੀਨਗਰ ਦੇ ਵਿੱਚ। ਓਕੇ, ਤਾਂ ਸ਼੍ਰੀਨਗਰ ਦੇ ਵਿੱਚ ਜਿਹੜੀ ਲਾਈਕ ਉੱਥੇ ਉਗਲਾ ਹਾਊਸ ਬੋਟ ਦੇ ਵਿੱਚ ਆ ਕੇ ਠਹਿਰਦੇ ਨੇ, ਅਤੇ ਇਹੀ ਉਹ ਜਗ੍ਹਾ ਹੁੰਦੀ ਹੈ ਜਿੱਥੇ 5 ਸਾਲ ਪਹਿਲਾਂ ਲਾਲਸਾ ਸੇਮ ਹੀ ਹਾਊਸ ਬੋਟ ਦੇ ਵਿੱਚ ਆਪਣੇ ਲਵਰ ਦੇ ਨਾਲ ਵੀ ਆਈ ਸੀ। ਉੱਥੇ ਫਿਰ ਇਹਨਾਂ ਦੇ ਇੱਕ ਬੱਚੇ ਨੇ ਜਨਮ ਲਿਆ ਸੀ, ਕਿਉਂਕਿ ਬੱਚੇ ਨੂੰ ਉਹਨਾਂ ਨੇ ਨਜਾਇਜ਼ ਸਮਝਿਆ।
ਤਾਂ ਉਹਨਾਂ ਨੇ ਕੀ ਕੀਤਾ ਜੀ, ਦੋ ਬੰਦਿਆਂ ਨੂੰ ਕਿਹਾ ਕਿ ਤੁਸੀਂ ਨਾ ਮੇਰੇ ਕੋਲ ਪੈਸੇ ਲੈ ਲਓ ਪਰ ਇਹਨੂੰ ਮਾਰ ਦਿਓ। ਉਹ ਸੀਗੇ ਨਿਸ਼ਾਂਤ ਅਤੇ ਸ਼ਾਬਾਨ, ਠੀਕ ਹੈ। ਉਹਨਾਂ ਦੇ ਕੋਲੋਂ ਉਹਨੂੰ ਲੱਗਿਆ ਕਿ ਅਸੀਂ ਮਰਵਾ ਤਾ, ਪਰ ਜਿਹੜੇ ਇਹ ਨਿਸ਼ਾਂਤ ਅਤੇ ਸ਼ਾਬਾਨ ਸੀਗੇ ਇਹ ਦੋਨੋਂ ਬੇਔਲਾਦ ਸੀ, ਅਤੇ ਜਦੋਂ ਇਹਨਾਂ ਨੇ ਬੱਚੇ ਨੂੰ ਦੇਖਿਆ ਤਾਂ ਮਮਤਾ ਆ ਜਾਂਦੀ ਹੈ, ਤਾਂ ਇਹਨਾਂ ਨੇ ਬੱਚੇ ਨੂੰ ਮਾਰਿਆ ਨਹੀਂ ਬਲਕਿ ਉਹਨੂੰ ਪਾਲ ਲਿਆ, ਠੀਕ ਹੈ। ਅਤੇ ਹੁਣ ਜਦੋਂ ਲਾਲਸਾ ਆਪਣੇ ਹਸਬੈਂਡ ਦੇ ਨਾਲ ਸੇਮ ਹੀ ਜਗ੍ਹਾ 'ਤੇ ਆਉਂਦੀ ਹੈ, ਤਾਂ ਸੇਮ ਹੀ ਹਾਲਾਤ ਸੇਮ ਹੀ ਪਰਿਸਥਿਤੀਆਂ ਦੇਖ ਕੇ ਉਹਦਾ ਜਿਹੜਾ ਅਤੀਤ ਹੈ ਉਹਦੇ ਸਾਹਮਣੇ ਡਰਾਮਨਾ ਰੂਪ ਧਾਰਨ ਕਰਕੇ ਖੜਾ ਹੋ ਜਾਂਦਾ, ਓਕੇ। ਅਤੇ ਉਹ ਆਪਣੇ ਆਪ ਨੂੰ ਆਪਣੇ ਲਾਈਕ ਪਤਾ ਕਿੰਨਾ ਕਿੰਨਾ ਕਾਤਲ ਮੰਨਣ ਲੱਗ ਜਾਂਦੀ ਹੈ, ਪਿਤਾ ਦਾ, ਪ੍ਰੇਮੀ ਦਾ, ਪੁੱਤਰ ਦਾ ਕਾਤਲ ਮੰਨਣਾ ਸਟਾਰਟ ਕਰ ਦਿੰਦੀ ਹੈ, ਓਕੇ। ਅਤੇ ਇਹ ਇੱਕ ਤਾਂ ਵਿਵੇਕ ਅਤੇ ਇੱਕ ਆਹ ਵਾਲੀ ਪਰਿਸਥਿਤੀ ਜਿਹਦੇ ਵਿੱਚ ਉਹ ਆ ਗਈ, ਇਹ ਦੋਨੋਂ ਹੀ ਐਕਚੁਲੀ ਲਾਲਸਾ ਦੀ ਮੌਤ ਦਾ ਕਾਰਨ ਬਣ ਜਾਂਦੀਆਂ। ਜਦੋਂ ਅਤੀਤ ਦਾ ਭਿਆਨਕ ਰੂਪ ਅਤੇ ਮਾਰੂ ਪ੍ਰਭਾਵ ਇਹ ਲਾਲਸਾ ਦੇ ਉੱਪਰ ਭਾਰੂ ਹੋ ਜਾਂਦੇ ਆ, ਤਾਂ ਉਹ ਕੀ ਕਰਦੀ ਹੈ, ਉਹ ਜੀ ਨੀਂਦ ਦੀਆਂ ਗੋਲੀਆਂ ਖਾ ਕੇ ਅਤੇ ਆਤਮ ਹੱਤਿਆ ਕਰ ਲੈਂਦੀ ਹੈ, ਓਕੇ। ਤਾਂ ਇੱਦਾਂ ਇਹ ਵਾਲਾ ਜਿਹੜਾ ਨਾਟਕ ਹੈ ਇੱਕ ਦੁਖਾਂਤ ਦੇ ਨਾਲ ਵੀ ਖਤਮ ਹੁੰਦਾ, ਰਾਈਟ, ਓਕੇ। ਤਾਂ ਫਿਰ ਇਹਨਾਂ ਤੋਂ ਬਿਨਾਂ ਅਗਰ ਆਪਾਂ ਦੇਖਾਂਗੇ ਬਲਬੀਰ ਸਿੰਘ, ਗੁਰਸ਼ਰਨ ਸਿੰਘ ਅਤੇ ਸੇਠੀ, ਇਹ ਵੀ ਬੜੇ ਵਧੀਆ ਦੁਖਾਂਤ ਨਾਟਕ ਜਿਹੜੇ ਨੇ ਉਹਨਾਂ ਦੀ ਰਚਨਾ ਕਰਦੇ ਹੈ। ਨਵੀਂ ਪੀੜ੍ਹੀ ਦੇ ਵਿੱਚ ਉਹੀ ਔਲਖ, ਚਰਨਦਾਸ ਸਿੱਧੂ ਅਤੇ ਆਤਮਜੀਤ ਆ ਜਾਣੇ, ਓਕੇ। ਹੁਣ ਅੱਜ ਦਾ ਆਖਰੀ ਪ੍ਰਸ਼ਨ ਦੇਖੋ ਜ਼ਰਾ, ਹੇਠਾਂ ਵਿੱਚੋਂ ਕਿਹੜਾ ਰੂਪ ਛੋਟਾ ਨਾਟਕ ਹੁੰਦਾ ਹੈ ਜੀ? ਪ੍ਰਯੋਗਵਾਦੀ ਨਾਟਕ, ਇਕਾਂਗੀ, ਕਹਾਣੀ ਜਾਂ ਫਿਰ ਨਾਵਲ? ਨੌਵੇਂ ਦੇ ਲਈ ਗੁਰਕੀਰਤ ਜੀ ਨੇ ਬੀ ਆਂਸਰ ਕੀਤਾ ਹੈ, ਪਰਮ ਜੀ ਨੇ ਵੀ ਬਿਲਕੁਲ ਠੀਕ ਉੱਤਰ ਕੀਤਾ ਇਹਨਾਂ ਦੋਨਾਂ ਨੇ, ਯਾਨੀ ਕਿ ਇਹ ਆਜੂਗਾ ਇਕਾਂਗੀ, ਠੀਕ ਹੈ। ਹੁਣ ਆਪਾਂ ਜਿੰਨੇ ਵੀ ਦਿਨ ਨਾਟਕ ਕੀਤਾ ਉਹਦੇ ਵਿੱਚ ਕੁਛ ਇੱਦਾਂ ਦੇ ਕੇਂਦਰੀ ਸ਼ਬਦ ਹੈਗੇ ਨੇ ਜਿਹੜੇ ਵਾਰ ਵਾਰ ਆਏ ਨੇ, ਜਿਵੇਂ ਪਹਿਲਾਂ ਇਕਾਂਗੀ ਆਪਾਂ ਦੇਖ ਲਿਆ, ਇਕਾਂਗੀ ਦਾ ਮਤਲਬ ਹੁੰਦਾ ਜੀ ਛੋਟਾ ਨਾਟਕ, ਅਤੇ ਜਿਹੜਾ ਨਕਲ ਸ਼ਬਦ ਹੈ ਉਹਦਾ ਮਤਲਬ ਕੀ ਹੁੰਦਾ ਆ, ਸਵਾਂਗ, ਠੀਕ ਹੈ। ਰਾਜਸੀ ਪ੍ਰਵਿਰਤੀ ਇਹਦਾ ਮਤਲਬ ਹੁੰਦਾ ਜਦੋਂ ਸਾਰਿਆਂ ਪਾਸੇ ਇੱਕ ਰਾਜਨੀਤਿਕ ਧਾਰਾ ਚੱਲੇਗੀ। ਫਿਰ ਆਏਗਾ ਸੁਧਾਰਵਾਦ, ਸੁਧਾਰਵਾਦ ਯਾਨੀ ਕਿ ਕਿਸੇ ਦੇ ਰੂਪ ਨੂੰ ਬਦਲਣਾ, ਓਕੇ। ਫਿਰ ਆ ਗਈ ਸਾਡੀ ਧਾਰਮਿਕ ਪ੍ਰਵਿਰਤੀ ਜਿਹਦੇ ਵਿੱਚ ਰਹੱਸਾ ਆਊਗਾ। ਫਿਰ ਜਿਹੜੇ ਪ੍ਰਯੋਗਵਾਦੀ ਨਾਟਕ ਨੇ ਉਹ ਮਤਲਬ ਕਿ ਨਾਟਕਾਂ ਨੂੰ ਨਵੇਂ ਢੰਗ ਦੇ ਨਾਲ ਲਿਖਣਾ, ਠੀਕ ਹੈ। ਅਤੇ ਲਾਸਟ ਦੇ ਉੱਪਰ ਆ ਗਈ ਕਲਪਨਾ, ਜਿਸ ਨੂੰ ਆਪਾਂ ਅੰਬਰੀ ਉਡਾਰੀਆਂ ਮਾਰਨਾ ਬੋਲਦੇ ਹਾਂ। ਤਾਂ ਇਹ ਸਾਰੇ ਸਾਡੇ ਲਈ ਕੇਂਦਰੀ ਸ਼ਬਦ ਨੇ, ਓਕੇ। ਹੁਣ ਕੱਲ੍ਹ ਆਪਾਂ ਮੁਲਾਂਕਣ ਕਰਨਾ ਆ। ਮਨਦੀਪ ਜੀ, ਮੈਂ ਉਹੀ ਬੋਲਿਆ ਸੀ ਬੱਚਾ ਕਿ ਇੱਥੇ ਤੁਸੀਂ ਮੈਨੂੰ ਮੈਸੇਜ ਕਰੋਗੇ ਵੀ ਨਾ, ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਮੈਂ ਇੱਥੇ ਤੁਹਾਨੂੰ ਲਿੰਕ ਸ਼ੇਅਰ ਹੀ ਨਹੀਂ ਕਰ ਸਕਦੀ। ਜਦੋਂ ਬੱਚਾ ਕਲਾਸ ਓਵਰ ਹੋ ਜੂਗੀ ਉਸ ਤੋਂ ਬਾਅਦ ਕਿਸੇ ਵੀ ਯੂਟਿਊਬ ਦੀ ਮੇਰੀ ਕਲਾਸ ਦੇ ਨੀਚੇ ਚੱਲ ਜਾਣਾ, ਕਿਸੇ ਦੇ ਵੀ ਉੱਥੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਕਿ ਮੈਨੂੰ ਪਲੀਜ਼ ਮੈਰਾਥਨ ਦਾ ਲਿੰਕ ਸ਼ੇਅਰ ਕਰ ਦੂ, ਮੈਂ ਉੱਥੇ ਸ਼ੇਅਰ ਕਰ ਦੂੰਗੀ। ਸਮਝ ਗਏ ਜੀ? ਹਾਂ, ਪਲੀਜ਼ ਮਤਲਬ ਇਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖੋ ਕਿ ਬੱਚਾ ਮੈਂ ਇੱਥੇ ਸ਼ੇਅਰ ਕਰ ਹੀ ਨਹੀਂ ਸਕਦੀ, ਅਦਰਵਾਈਜ਼ ਮੈਂ ਤੁਹਾਨੂੰ ਕੱਲ੍ਹ ਹੀ ਦੇ ਦੇਣਾ ਸੀਗਾ। ਈਵਨ ਮੈਂ ਅੱਜ ਕਲਾਸ ਲੈਂਦੇ ਹੋਏ ਆਈ ਵਾਜ਼ ਥਿੰਕਿੰਗ ਕਿ ਮੈਨੂੰ ਕਿਸੇ ਸਟੂਡੈਂਟ ਨੇ ਕਿਹਾ ਸੀਗਾ 10 hours ਵਾਲੀ ਕਲਾਸ ਲਈ, ਪਰ ਉਹਨਾਂ ਦਾ ਲਿੰਕ ਨਹੀਂ, ਮਤਲਬ ਕਿ ਸੋਰੀ ਮੈਸੇਜ ਨਹੀਂ ਆਇਆ, ਮੈਂ ਜਸਟ ਹੁਣੀ ਇਹ ਗੱਲ ਕਰ ਹੀ ਰਹੀ ਸੀ। ਹਾਂਜੀ, ਪ੍ਰੀਤ ਜੀ ਤਾਂ ਬਾਕੀ ਬਹੁਤ ਇੰਟੈਲੀਜੈਂਟ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਵਿਦਾਊਟ ਐਨੀ ਡਾਊਟ। ਚਲੋ ਠੀਕ ਹੈ ਜੀ, ਹੁਣ ਇੱਕ ਵਾਰੀ ਫਿਰ ਦੱਸ ਦਿਆਂ, ਅਗਰ ਤੁਸੀਂ ਮਾਸਟਰ ਕੇਡਰ ਦਾ ਜਾਂ ਪੰਜਾਬੀ ਪ੍ਰੋ ਦਾ ਬੈਚ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, 6284925 62। ਔਰ ਇਹ ਦੋਨੋਂ ਬੈਚ ਸਾਡੇ ਹਾਲ ਹੀ ਦੇ ਵਿੱਚ ਨਵੇਂ ਸਟਾਰਟ ਹੋਏ ਨੇ 1st April ਨੂੰ। ਆਲਰਾਈਟ, ਠੀਕ ਹੈ। ਅਤੇ ਡੇਲੀ 9 ਵਜੇ ਸਾਡੀ ਯੂਟਿਊਬ ਦੇ ਉੱਪਰ ਕਲਾਸ ਹੁੰਦੀ ਹੈ,
ਹੁਣ ਕੱਲ ਤੁਸੀਂ ਪਲੀਜ਼ ਪ੍ਰਪੇਅਰ ਹੋ ਕੇ ਆਣਾ ਕਿਸ ਦੇ ਲਈ, ਟੈਸਟ ਦੇ ਲਈ, ਠੀਕ ਹੈ। ਔਰ ਇਹ ਟੈਸਟ ਤੁਹਾਡਾ ਪੰਜਾਬੀ ਨਾਟਕ ਤੇ ਉਸ ਦੀਆਂ ਪ੍ਰਵਿਰਤੀਆਂ ਦੇ ਬਾਰੇ ਵਿੱਚ ਹੀ ਹੋਊਗਾ। ਓਕੇ ਚਲੋ, ਓਕੇ ਦੈਨ, ਗੁੱਡ ਨਾਈਟ ਐਵਰੀਬਡੀ, ਟੇਕ ਕੇਅਰ, ਬਾਏ।